ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜਗਜੀਤ ਨੰਗਲ ਦੋਸਤੋ ਤੁਹਾਡਾ ਸਵਾਗਤ ਕਰਦਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਅੱਜ ਹੁਣ ਜਿਹੜੀ ਵੀਡੀਓ ਬਣਾਉਣ ਲੱਗਾ ਇਹ ਪਿੰਡ ਢਿੱਲਵਾਂ ਕਲਾਂ ਦੇ ਵਿੱਚੋਂ ਕੋਟਕਪੁਰਾ ਤਹਿਸੀਲ ਅਤੇ ਫਰੀਦਕੋਟ ਜ਼ਿਲ੍ਹਾ ਜਿਹੜਾ ਇਸ ਪਿੰਡ ਨੂੰ ਪੈਂਦਾ। ਢਿੱਲਵਾਂ ਕਲਾਂ ਪਿੰਡ ਦੋਸਤੋ ਕੋਟਕਪੁਰੇ ਤੋਂ ਬਠਿੰਡੇ ਵੱਲ ਨੂੰ ਜਾਣਾ ਹੋਵੇ ਬਾਜਾ ਬਰਗਾੜੀ ਜਿਹੜਾ ਰੋਡ ਹੈ ਉਸ ਰੋਡ ਦੇ ਉੱਤੇ ਆਉਂਦਾ। ਇਸ ਘਰ ਦੇ ਵਿੱਚ ਜੀ ਆਪਾਂ ਗੱਲ ਕਰੀਏ ਦੋਸਤੋ ਤਾਂ ਵੀਰ ਦਾ ਵਪਾਰ ਦਾ ਕੰਮ ਅਤੇ ਨਗੀਨੇ ਆਉਂਦੇ ਆ ਇੱਥੇ। ਨਗੀਨੇ ਇਸ ਲਈ ਕਿਹਾ ਕਿਉਂਕਿ ਜਿੰਨੇ ਵੀ ਹੁਣ ਤੱਕ ਵੀਡੀਓ ਬਣਾਈਆਂ ਸਾਫ਼ ਸੁਥਰੇ ਅਤੇ ਸੋਹਣੇ ਪਸ਼ੂ ਵੀਰ ਖਰੀਦਦਾ। ਅੱਜ ਵੀ ਤੁਹਾਨੂੰ ਇੱਕ ਨਗੀਨਾ ਹੀ ਦਿਖਾਉਣਾ ਦੋਸਤੋ। ਇੱਕ ਵੈੜ ਜਿਹੜੀ ਵਿਕਾਊ ਆ ਬਾਈ ਕੋਲ ਬਹੁਤ ਸੋਹਣੀ ਵੈੜ ਆ, ਇਹਦੇ ਬਾਰੇ ਆਪਾਂ ਡਿਟੇਲ ਬਾਈ ਤੋਂ ਪੁੱਛਦੇ ਹਾਂ। ਵੀਡੀਓ ਨੂੰ ਐਂਡ ਤੱਕ ਦੇਖਿਓ, ਜਿਹਨੂੰ ਚੰਗੀ ਲੱਗੂਗੀ ਵੈੜ ਉਹ ਆ ਕੇ ਆਪਦੀ ਤਸੱਲੀ ਨਾਲ ਖਰੀਦ ਸਕਦਾ। ਆਓ ਬਾਈ ਨਾਲ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦਿਓ ਬਾਈ। ਲੱਖਾ ਜੀ ਨਾਮ। ਠੀਕ ਆ ਲੱਖੇ ਬਾਈ, ਜਿਹੜੀ ਅੱਜ ਵੈੜ ਆਪਾਂ ਵਿਕਾਊ ਕੀਤੀ ਹੈ ਕਿੰਨਵਾ ਸੂਆ? ਦੂਜਾ ਸੂਆ ਜੀ, 6 ਦੰਦ। 6 ਦੰਦ ਦੂਜਾ ਸੂਆ, ਕਿੰਨੇ ਕੁ ਦਿਨ ਲਊ ਬਾਈ ਸੋਨ ਚ? ਦਿਨ ਲੈ ਜੂਗਾ ਜੀ, 8-10 ਦਿਨ ਲੈ ਜੂਗਾ। 8-10 ਦਿਨ ਲੈ ਜੂਗੀ। ਦੁੱਧ ਪਹਿਲੇ ਸੂਏ ਕਿੰਨਾ ਕੁ ਦੱਸਿਆ? 32 ਲੀਟਰ ਦੁੱਧ ਦਿੱਤਾ ਜੀ, 40-128 ਦੀ ਆਪ ਆ। ਠੀਕ ਹੈ, ਤੇ ਵਰਲਡ ਵਾਈਡ ਦੇ ਹੰਕ ਤੋਂ ਇਹ ਗੱਭਣਾ ਜੀਗਾ। ਵਰਲਡ ਵਾਈਡ ਦਾ ਹੰਕ ਦਾ ਸੀ ਮਨ ਲੱਗਾ। ਹਾਂਜੀ, ਪੱਕੇ ਬੰਦੇ ਦੀ ਗਾਂ ਜੀ। ਠੀਕ ਹੈ, ਆਪਾਂ ਬੰਦੇ ਨੂੰ ਦੇ ਸਕਦੇ ਹਾਂ, ਸਟਰਾ ਦੇ ਸਕਦੇ ਹਾਂ। ਫਾਰਮ ਦੇ ਵਿੱਚੋਂ ਖਰੀਦੀ? ਹਾਂਜੀ ਹਾਂਜੀ। ਕੀ ਰੇਟ ਰੱਖਿਆ ਇਹਦਾ ਬਾਈ? ਫੋਨ ਤੇ ਕਰ ਲਾਂਗੇ। ਖੋਲੀ ਨੂੰ ਦੋਸਤੋ, ਬਹੁਤ ਸੋਹਣੀ ਵੈੜ, ਚੰਗੇ ਸੀ ਮੰਡੀ ਆ ਤੇ ਚੰਗਾ ਸੀ ਮਣੀ ਇਦੋਂ ਅੱਗੇ ਲੱਗਾ। ਜਿਹੜਾ ਦੁੱਧ ਹੁੰਦਾ ਦੋਸਤੋ ਉਹ ਹਮੇਸ਼ਾ ਹਵਾਨੇ ਤੋਂ ਪਤਾ ਲੱਗ ਜਾਣਾ ਹੁੰਦਾ, ਬਹੁਤ ਵੱਡਾ ਹਵਾਨਾ, ਸੋਹਣਾ ਹਵਾਨਾ ਬਣਾਉਂਦੀ ਆਉਂਦੀ ਹੈ। ਫਾਰਮ ਦੀ ਗਾਂ ਚੰਗੀ ਸਮਝੀ ਵੀ, ਥਣਾਂ ਦੇ ਵਿੱਚ ਬਿੱਥੀ ਚੰਗੀ ਹੈ, ਭਲੂਣ ਤੁਹਾਨੂੰ ਲਾਲੀ ਵਾਲਾ ਥਾਂ ਦਿਸਦਾ ਹੋਊਗਾ, ਇਹ ਭਲੂਣ ਕਰਕੇ ਹੈ। ਠੰਡਾ ਸਹਿਜ ਵੈਸੇ ਸੋਹਣਾ ਦੋਸਤੋ, ਤੇ ਥੋੜੀ ਜਿਹੀ ਭਲੂਣ ਵੈੜ ਨੇ ਜ਼ਰੂਰ ਚੱਕੀ ਹੈ। ਹਵਾਨਾ ਦੇਖ ਸਕਦੇ ਹੋ, ਹਜੇ ਮੁੱਢ ਖਾਲੀ ਪਿਆ ਪਰ ਚੰਗਾ ਹਵਾਨਾ ਬਣਾਊਗੀ, ਬਹੁਤ ਤਕੜਾ ਹਵਾਨਾ ਬਣਾ ਜਾਣਾ ਨੇ ਜਦੋਂ ਨੇੜ ਆਊ, ਕਿਉਂਕਿ ਹਜੇ ਹਫ਼ਤਾ ਰਹਿੰਦਾ। ਥਣਾਂ 'ਚ ਬਿੱਥੀ, ਥਣਾਂ ਦੇ ਸਾਈਜ਼ ਦੀ ਗੱਲ ਕਰਦੇ ਹੋ ਵੀ ਬਹੁਤ ਸੋਹਣਾ, ਅਤੇ ਜਿਵੇਂ ਨੀਲੀ ਰਾਵੀ ਮੱਝਾਂ ਹੁੰਦੀਆਂ ਦੋਸਤੋ ਉਸ ਤਰ੍ਹਾਂ ਇਹਦੇ ਜਿਹੜੇ ਖੁਰ ਜਿਹੜੇ ਉਹ ਵਾਈਟ ਹੈ, ਤੁਸੀਂ ਦੇਖੋਗੇ ਅਗਲੇ ਪੈਰਾਂ ਦੇ ਉੱਤੇ ਪਿਛਲੇ ਪੈਰਾਂ ਦੇ ਉੱਤੇ ਵਾਈਟ ਨਿਸ਼ਾਨ, ਬਹੁਤ ਸੋਹਣੀ ਮਾਰਕਿੰਗ ਜੇ ਆਪਾਂ ਦੇਖਦੇ ਹਾਂ, ਰੰਗ ਰੂਪ ਦੇਖਦੇ ਹਾਂ ਵੈੜ ਦਾ। HF ਨਸਲ ਖੜਨੀ ਦੱਸਦੀ ਹੈ ਦੋਸਤੋ, ਉੱਤੋਂ ਤੁਸੀਂ ਸਟਰੇਟ ਜਿਹੜੀ ਇਹਦੀ ਰੀੜ੍ਹ ਦੀ ਹੱਡੀ ਦੇਖੋਗੇ ਬਿਲਕੁਲ ਫਲੈਟ ਆ, ਸਿੱਧੀ ਹੈ। ਜੇ ਆਪਾਂ ਥਣ ਦੀ ਗੱਲ ਕਰਦੇ ਹਾਂ ਤਾਂ ਥੋੜ੍ਹੀ ਭਲੂਣ ਕਰਕੇ ਪਿਛਲਾ ਥਣ ਛੋਟਾ ਲੱਗੂ ਪਰ ਸਹਿਜ ਬਹੁਤ ਸੋਹਣਾ। ਫਿਰ ਤੋਰ ਦਿੰਦੇ ਹਾਂ ਇੱਕ ਵਾਰ, ਚੰਗੀ ਵੈੜ ਦੋਸਤੋ, 6 ਦੰਦ ਆ ਅਤੇ ਦੂਜਾ ਸੂਆ ਸੋਹਣੀ ਹੈ, ਮੂੰਹ ਮੱਥਾ ਵੀ ਦੱਸਦਾ ਵੈੜ ਦਾ, HF ਨਸਲ ਹੈ। ਲੱਤਾਂ ਖੁੱਲ੍ਹੀਆਂ ਰੱਖ ਕੇ ਤੁਰਦੀ ਹੈ, ਹਵਾਨਾ ਹਜੇ ਫੁੱਲ ਭਰੂਗੀ, ਹਫ਼ਤਾ ਰਹਿੰਦਾ। ਸੋ ਚੰਗੇ ਦੁੱਧ ਵਾਲੀ ਵੈੜ ਜਿਹੜਾ ਵੀਰ ਖਰੀਦਣਾ ਚਾਹੁੰਦਾ ਬਾਈ ਨੂੰ ਕਾਲ ਕਰਿਓ, ਨੰਬਰ ਸਕਰੀਨ 'ਤੇ ਹੈ। ਅਤੇ ਇੱਕ ਗੱਲ ਹੋਰ, ਜਿਵੇਂ ਮੈਂ ਪਹਿਲਾਂ ਕਹੀ ਸੀਗੀ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਵੀ ਵੀਰ ਕੋਲ ਨਗੀਨੇ ਹੀ ਆਉਂਦੇ ਆ, ਤਾਂ ਸਾਫ਼ ਸੁਥਰਾ ਜੇ ਸੋਹਣਾ ਪਸ਼ੂ ਤੁਸੀਂ ਲੈਣਾ ਚਾਹੁੰਦੇ ਆ ਤਾਂ ਇਸ ਨੰਬਰ 'ਤੇ ਬਾਈ ਦੇ ਨਾਲ ਸੰਪਰਕ 'ਚ ਰਹਿ ਸਕਦੇ ਹੋ। ਪਸ਼ੂ ਇੱਦਾਂ ਦੇ ਹੀ ਆਉਂਦੇ ਆ ਜਿਹੜੇ ਚੰਗੇ ਹੁੰਦੇ ਆ, ਸਾਫ਼ ਹੁੰਦੇ ਆ, ਸੋਹਣੇ ਪਸ਼ੂ ਵੀਰ ਖਰੀਦਦਾ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।